ਜਦੋਂ ਕਰੋੜੀਏ ਸੇਠ ਨੇ ਮਹਾਰਾਜ ਨੂੰ ਜ਼ਮੀਨ ਭੇਟਾ ਕੀਤੀ, ਉੱਥੇ ਸਤਿਗੁਰੂ ਜੀ ਨੇ ਕਰਤਾਰਪੁਰ ਸਾਹਿਬ ਵਸਾਇਆ। ਉਸ ਕਰਤਾਰਪੁਰ ਸਾਹਿਬ ਦੀ ਨਗਰੀ 'ਚ ਸੰਗਤਾਂ ਆਉਣ ਲੱਗ ਪਈਆਂ, ਰੋਜ਼ ਦੀਵਾਨ ਸਜਣ ਲੱਗ ਪਿਆ। ਸਤਿਗੁਰੂ ਆਪ ਹਲ ਵਾਹ ਕੇ ਖੇਤੀ ਕਰਿਆ ਕਰਦੇ ਸਨ, ਆਪਣੀ ਫਸਲ ਦੇ ਨਾਲ ਸੰਗਤਾਂ ਨੂੰ ਲੰਗਰ ਪ੍ਰਸ਼ਾਦਾ ਵੀ ਛਕਾਇਆ ਕਰਦੇ ਸਨ। ਉਸ ਵੇਲੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਗਰੀਬ ਨਵਾਜ, ਅੱਗੇ ਤਾਂ ਜੇ ਕੋਈ ਮਹੀਨਾ ਸ਼ੁਰੂ ਹੁੰਦਾ ਹੈ, ਨਵੇਂ ਮਹੀਨੇ ਦੀ ਸ਼ੁਰੂਆਤ ਵਾਲੇ ਦਿਨ ਅਸੀਂ ਪੰਡਤਾਂ ਨੂੰ ਜਾ ਕੇ ਬੇਨਤੀ ਕਰਦੇ ਹਾਂ ਅਤੇ ਪੰਡਿਤ ਸਾਨੂੰ ਮਹੀਨਾ ਸੁਣਾਉਂਦੇ ਹਨ। ਪੰਡਿਤਾਂ ਦੇ ਮੂੰਹ ਤੋਂ ਮਹੀਨੇ ਦਾ ਮਹਾਤਮ ਸੁਣ ਕੇ ਅਸੀਂ ਆਪਣੇ ਮਹੀਨੇ ਦੀ ਸ਼ੁਰੂਆਤ ਕਰਦੇ ਹਾਂ। ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਨੂੰ ਕੀ ਹੁਕਮ, ਹੁਣ ਕੀ ਹੁਕਮ ਹੈ? ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਭਾਈ ਅਕਾਲ ਪੁਰਖ ਪਰਮੇਸ਼ਰ ਦੀ ਬਾਣੀ ਆ ਰਹੀ ਹੈ, ਉਹ ਬਾਣੀ ਸੁਣ ਕੇ ਤੁਸੀਂ ਆਪਣੇ ਮਹੀਨੇ ਦੀ ਸ਼ੁਰੂਆਤ ਕਰਿਆ ਜੀ। ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਤੁਖਾਰੀ ਰਾਗ ਦੇ ਵਿੱਚ ਇਹ 12 ਮਹਾਂ ਬਾਣੀ ਉਚਾਰਨ ਕੀਤੀ ਹੈ। ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ 'ਤੇ ਗੁਰੂ ਕੇ ਸਿੱਖ ਇਸ ਬਾਣੀ ਦਾ ਨਿਤਨੇਮ ਕਰਿਆ ਕਰਦੇ। ਹਰ ਮਹੀਨੇ ਦੀ ਸੰਗਰਾਂਦ ਨੂੰ ਇਸ ਬਾਣੀ ਦਾ ਪਾਠ, ਕੀਰਤਨ, ਕਥਾ, ਵਿਚਾਰ ਕਰਿਆ ਕਰਦੇ ਸਨ। ਜਦੋਂ 5ਵੇਂ ਪਾਤਸ਼ਾਹ ਜੀ ਮਹਾਰਾਜ ਦਾ ਸਮਾਂ ਆਇਆ, ਕੁਝ ਪ੍ਰੇਮੀ ਸਿੱਖਾਂ ਨੇ ਫਿਰ ਬੇਨਤੀ ਕੀਤੀ ਕਿ ਸਤਿਗੁਰੂ ਜੀ, ਜੋ ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਉਚਾਰਨ ਕੀਤਾ 12 ਮਾਹ ਹੈ, ਉਹ ਬੜੀ ਉੱਚੀ ਅਵਸਥਾ ਵਾਲੇ ਬਾਣੀ ਦੇ ਅਭਿਆਸੀ ਗੁਰਸਿੱਖਾਂ ਨੂੰ ਹੀ ਸਮਝ ਆਉਂਦੀ ਹੈ। ਕਿਰਪਾ ਕਰਕੇ ਸਾਡੇ ਵਾਸਤੇ ਕੋਈ ਸੌਖਾ ਸਮਝ ਆਉਣ ਵਾਲਾ, ਜਿਹੜਾ ਜਨ ਸਧਾਰਨ ਘੱਟ ਪੜ੍ਹੇ ਲਿਖਿਆਂ ਨੂੰ ਵੀ ਸਮਝ ਆਉਂਦਾ ਹੋਵੇ, ਐਸਾ 12 ਮਾਹ ਉਚਾਰਨ ਕਰੀਏ। ਤਾਂ ਸਤਿਗੁਰੂ ਜੀ ਗੁਰੂ ਅਰਜਨ ਦੇਵ ਜੀ ਨੇ ਦੂਸਰਾ 12 ਮਾਹ ਆਪਣੀ ਬਾਣੀ ਮਾਝ ਰਾਗ ਵਿੱਚ ਉਚਾਰਨ ਕੀਤਾ ਹੈ, ਜੋ ਆਪਾਂ ਪਹਿਲੇ ਭਾਗ ਵਿੱਚ 133 ਅੰਗ ਤੋਂ ਲੈ ਕੇ 136 ਅੰਗ ਤਾਈਂ ਪਾਠ ਕੀਤਾ ਹੈ। ਪਹਿਲਾ 12ਵਾਂ ਜਗਤ ਗੁਰੂ ਨਾਨਕ ਦੇਵ ਜੀ ਦਾ ਹੈ, ਦੂਸਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੈ। 2 12ਵਾਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਵਿੱਚ ਵੀ ਆਉਂਦੇ ਹਨ। ਸੋ ਇਸ ਪ੍ਰਕਾਰ 12 ਮਾਹ ਦੇ ਵਿੱਚ ਸਤਿਗੁਰੂ ਜੀ ਨੇ 12 ਮਹੀਨਿਆਂ ਦੁਆਰਾ ਆਤਮਾ ਰੂਪੀ ਇਸਤਰੀ ਆਪਣੇ ਪਤੀ ਪਰਮਾਤਮਾ ਨੂੰ ਮਿਲਣ ਦਾ ਜੋ ਯਤਨ ਕਰਦੀ ਹੈ, ਉਹਦਾ ਚਿਤਰਨ ਕੀਤਾ ਹੈ। ਬੜੇ ਹੀ ਉੱਚੇ ਭਾਵ ਹਨ ਇਸ 12 ਮਾਹਾਂ ਦੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਜੀ ਦੀ ਇਹ ਪਵਿੱਤਰ ਬਾਣੀ ਦੀ ਸੰਥਿਆ ਲਈਏ, ਸ਼ੁੱਧ ਪੜ੍ਹਨ ਦਾ ਯਤਨ ਕਰੀਏ ਅਤੇ ਵਿਚਾਰਨ ਦਾ ਯਤਨ ਕਰੀਏ। ਹਾਂਜੀ, ਵਾਹਿਗੁਰੂ ਸਾਹਿਬ ਜੀ। ਸਤ ਸੰਗਤ ਜੀ, ਇੱਕੋ ਇੱਕ ਤੁਖਾਰੀ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਐਸਾ ਹੈ ਜਿਸ ਦੀ ਬਾਣੀ ਸ਼ੰਤਾਂ ਦੇ ਵਿੱਚ ਹੈ। ਹੋਰ ਕੋਈ ਰਾਗ ਐਸਾ ਨਹੀਂ ਜਿਸ ਦੀ ਬਾਣੀ ਸਿਰਫ ਸ਼ੰਤਾਂ ਵਿੱਚ ਹੋਵੇ। ਤੁਖਾਰੀ ਰਾਗ ਦੀ ਬਾਣੀ ਸਤਿਗੁਰਾਂ ਨੇ ਸਿਰਫ ਸ਼ੰਤਾਂ ਵਿੱਚ ਹੀ ਰੱਖੀ ਹੈ ਔਰ ਇਸ ਤੁਖਾਰੀ ਰਾਗ ਵਿੱਚ ਰਹਾਓ ਨਹੀਂ ਆਉਂਦਾ, ਭਾਵ ਕਿਸੇ ਸ਼ਬਦ ਵਿੱਚ ਰਹਾਓ ਨਹੀਂ। ਆਪਾਂ ਪਿੱਛੇ ਵੀ ਦਰਸ਼ਨ ਕੀਤੇ, ਜਿੱਥੇ ਜਿੱਥੇ ਬਾਣੀ ਵਿੱਚ ਰਾਗਾਂ ਵਿੱਚ ਸ਼ੰਤ ਆਏ, ਸ਼ੰਤਾਂ ਵਿੱਚ ਰਹਾਓ ਨਹੀਂ ਹੈ। ਸੋ ਤੁਖਾਰੀ ਰਾਗ ਵਿੱਚ ਰਹਾਓ ਨਹੀਂ, ਕਿਉਂਕਿ ਸਾਰੀ ਬਾਣੀ ਸ਼ੰਤਾਂ ਵਿੱਚ ਹੈ। ਪਹਿਲੇ ਪਾਤਸ਼ਾਹ ਔਰ ਚੌਥੇ ਪਾਤਸ਼ਾਹ ਜੀ ਦੀ ਬਾਣੀ ਹੈ, ਇੱਕ ਸ਼ਬਦ 5ਵੇਂ ਪਾਤਸ਼ਾਹ ਜੀ ਦਾ ਅਖੀਰ ਦੇ ਵਿੱਚ ਹੈ, ਸਾਰੀ ਸ਼ਾਂਤ ਰਚਨਾ ਹੈ ਔਰ ਰਹਾਓ ਤੋਂ ਬਿਨਾਂ ਹੈ। ਵਾਹਿਗੁਰੂ ਸਾਹਿਬ ਜੀ। ਤੁਖਾਰੀ ਛੰਤ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ, ਸਿਰ ਸਿਰ ਸੁਖ ਸਹਮਾ ਦੇਹੇ ਸੋ ਤੂੰ ਭਲਾ। ਹਰ ਰਚਨਾ ਤੇਰੀ ਕਿਆ ਗਤ ਮੇਰੀ, ਹਰ ਬਿਨ ਘੜੀ ਨਾ ਜੀਵਾ। ਪ੍ਰਿਯ ਬਾਜ ਦੁਹੇਲੀ ਕੋਏ ਨਾ ਬੇਲੀ, ਗੁਰਮੁਖ ਅੰਮ੍ਰਿਤ ਪੀਵਾ। ਰਚਨਾ ਰਾਚ ਰਹੇ ਨਿਰੰਕਾਰੀ, ਪ੍ਰਭ ਮਨ ਕਰਮ ਸੁਕਰਮਾ।
ਨਾਨਕ ਪੰਥ ਨਿਹਾਲੇ ਸਾ ਧਨ, ਤੂੰ ਸੁਣ ਆਤਮ ਰਾਮਾ। ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ, ਸਾ ਧਨ ਸਭ ਰਸ ਚੋਲੈ ਅੰਕ ਸਮਾਣੀਆ। ਹਰ ਅੰਕ ਸਮਾਣੀ ਜਾ ਪ੍ਰਭ ਭਾਣੀ, ਸਾ ਸੁਹਾਗਣ ਨਾਰੇ ਨਵ ਘਰ ਥਾਪ ਮਹਿਲ ਘਰ ਊਚਾਓ, ਨਿਜ ਘਰ ਵਾਸ ਮੁਰਾਰੇ। ਸਭ ਤੇਰੀ ਤੂੰ ਮੇਰਾ ਪ੍ਰੀਤਮ, ਨਿਸ ਬਾਸੁਰ ਰੰਗ ਰਾਵੈ। ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ, ਕੋਕਿਲ ਸਬਦ ਸੁਹਾਵੈ। ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ, ਮਨ ਤਨ ਰਵਤ ਰਵੰਨੇ ਘੜੀ ਨਾ ਬੀਸਰੈ। ਕਿਉ ਘੜੀ ਬੇਸਾਰੀ ਹਉ ਬਲਿਹਾਰੀ, ਹਉ ਜੀਵਾ ਗੁਣ ਗਾਏ। ਨਾ ਕੋਈ ਮੇਰਾ ਹਉ ਕਿਸ ਕੇਰਾ, ਹਰ ਬਿਨ ਰਹਿਣ ਨਾ ਜਾਏ। ਓਟ ਗਹੀ ਹਰ ਚਰਨ ਨਿਵਾਸੇ, ਭਏ ਪਵਿੱਤਰ ਸਰੀਰਾ। ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੈ, ਗੁਰ ਸਬਦੀ ਮਨ ਧੀਰਾ। ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ, ਸਾਜਨ ਮਿਲੇ ਸਹਿਜ ਸੁਭਾਏ, ਹਰ ਸਿਉ ਪ੍ਰੀਤ ਬਣੀ। ਹਰ ਮੰਦਰ ਆਵੈ ਜਾ ਪ੍ਰਭ ਭਾਵੈ, ਧਨ ਊਬੀ ਗੁਣ ਸਾਰੀ। ਘਰ ਘਰ ਕੰਤ ਰਵੈ ਸੁਹਾਗਣ, ਹਉ ਕਿਉ ਕੰਤ ਵਿਸਾਰੀ। ਉਨਵ ਕਨ ਛਾਏ ਉਨਵ ਕਨ ਛਾਏ ਬਰਸ ਸੁਭਾਏ, ਮਨ ਤਨ ਪ੍ਰੇਮ ਸੁਖਾਵੈ। ਨਾਨਕ ਵਰਸੈ ਅੰਮ੍ਰਿਤ ਬਾਣੀ, ਕਰ ਕਿਰਪਾ ਕਰ ਆਵੈ। ਚੇਤ ਬਸੰਤ ਭਲਾ ਭਵਰ ਸੁਹਾਵੜੇ, ਬਨ ਫੂਲੇ ਮੰਜ ਬਾਰ ਮੈਂ ਪਿਰ ਘਰ ਬਾਹੜੇ। ਫਲ ਫੂਲੇ ਮੰਜ ਬਾਰ ਮੈਂ ਪਿਰ ਘਰ ਬਾਹੜੈ, ਪਿਰ ਘਰ ਨਹੀਂ ਆਵੈ ਧਨ ਕਿਉ ਸੁਖ ਪਾਵੈ। ਬਿਰਹਿ ਵਿਰੋਧ ਤਨ ਛੀਜੈ, ਕੋਕਿਲ ਅੰਬ ਸੁਹਾਵੀ ਬੋਲੈ, ਕਿਉ ਦੁਖ ਅੰਕ ਸਹੀਜੈ। ਭਵਰ ਭਵੰਤਾ ਫੂਲੀ ਡਾਲੀ, ਕਿਉ ਜੀਵਾ ਮਰ ਮਾਏ। ਨਾਨਕ ਚੇਤ ਸਹਿਜ ਸੁਖ ਪਾਵੈ, ਜੇ ਹਰ ਵਾਰ ਘਰ ਧਨ ਪਾਏ। ਵੈਸਾਖ ਭਲਾ ਸਾਖਾ ਵੇਸ ਕਰੇ, ਧਨ ਦੇਖੈ ਹਰ ਦੁਆਰ ਆਵਹੁ ਦਇਆ ਕਰੇ। ਘਰ ਆਉ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਡ ਨਾ ਮੋਲੋ। ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੈ ਢੋਲੋ। ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ। ਨਾਨਕ ਵੈ ਸਾਖੀ ਪ੍ਰਭ ਭਾਵੈ, ਸੁਰਤ ਸਬਦ ਮਨ ਮਾਨਾ। ਮਾਹੋ ਜੇਠ ਭਲਾ ਪ੍ਰੀਤਮ ਕਿਉ ਬਿਸਰੈ, ਥਲ ਤਪ ਹੈ ਸਰ ਭਾਰ। ਸਾ ਧਨ ਬਿਨੋ ਕਰੈ, ਧਨ ਬਿਨੋ ਕਰੇ ਦੀ ਗੁਣ ਸਾਰੇ ਦੀ, ਗੁਣ ਸਾਰੀ ਪ੍ਰਭ ਭਾਵਾ। ਸਾਚਾ ਮਹਿਲ ਰਹੈ ਬੈਰਾਗੀ, ਆਵਣ ਦੇਹੇ ਤਾ ਆਵਾ। ਨਿਮਾਣੀ ਨਿਤਾਣੀ ਹਰ ਬਿਨ, ਕਿਉ ਸੁਖ ਕਿਉ ਪਾਵੈ ਸੁਖ ਮਹਿਲੀ। ਨਾਨਕ ਜੇਠ ਜਾਣੈ ਤਿਸ ਜੈਸੀ, ਕਰਮ ਮਿਲੈ ਗੁਣ ਗਹਿਲੀ। ਆਸਾੜ ਭਲਾ ਸੂਰਜ ਗਗਨ ਤਪੈ, ਧਰਤੀ ਦੂਖ ਸਹੈ। ਸੁਖੈ ਅਗਨ ਭਖੈ, ਅਗਨ ਰਸ ਸੋਖੈ ਮਰੀਐ ਧੋਖੈ। ਭੀ ਸੋ ਕਿਰਤ ਨਾ ਹਾਰੇ, ਰਥ ਫਿਰੈ ਛਾਇਆ ਧਨ ਤਾਕੈ। ਟੀਡ ਲਵੈ ਮੰਝ ਬਾਰੇ, ਰਥ ਫਿਰੈ ਛਾਇਆ ਧਨ ਤਾਕੈ। ਤਾਕੈ ਪਾਠ ਹੀ ਕਰਨਾ ਹੈ, ਤਾਕੈ ਵੱਖਰਾ ਨਹੀਂ ਕਰਨਾ। ਹਾਂਜੀ, ਰਥ ਫਿਰੈ ਛਾਇਆ ਧਨ ਤਾਕੈ, ਟੀਡ ਲਵੈ ਮੰਝ ਬਾਰੇ। ਅਵਗਣ ਬਾਦ ਚੱਲੀ ਦੁਖ ਆਗੈ, ਸੁਖ ਤਿਸ ਸਾਚ ਸੰਭਾਲੇ। ਨਾਨਕ ਜਿਸ ਨੂੰ ਇਹੋ ਮਨ ਦੀਆ, ਮਰਨ ਜੀਵਨ ਪ੍ਰਭ ਨਾਲੇ। ਸਾਵਣ ਸਰਸ ਮਨਾ ਘਣ ਵਰਸ ਹੈ ਰੁੱਤ ਆਏ,
ਮੈਂ ਮਨ ਤਨ ਸਹੋ ਭਾਵੈ ਪਿਰ ਪਰਦੇਸ ਸਿਧਾਏ ਪਿਰ ਘਰ ਨਹੀਂ ਆਵੈ ਮਰੀਐ ਹਾਵੈ ਦਾਮਨ ਚਮਕ ਡਰਾਏ ਸੇਜ ਅਕੇਲੀ ਖਰੀ ਦੁਹੇਲੀ ਮਰਨ ਭਇਆ ਦੁਖ ਮਾਏ ਹਰ ਬਿਨ ਨੀਂਦ ਭੂਖ ਕਹੋ ਕੈਸੀ ਕਾਪੜ ਤਨ ਨਾ ਸੁਖਾਵੈ ਨਾਨਕ ਸਾ ਸੋਹਾਗਣ ਕੰਤੀ ਪਿਰ ਕੈ ਅੰਕ ਸਮਾਵੈ ਭਾਦੋ ਭਰਮ ਭੁੱਲੀ ਭਰ ਜੋਬਨ ਪਛੁਤਾਣੀ ਜਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ ਬਰਸੈ ਨਿਸ ਕਾਲੀ ਕਿਉ ਸੁਖ ਬਾਲੀ ਦਾਦਰ ਮੋਰ ਲਵੰਤੇ ਪ੍ਰਿਓ ਪ੍ਰਿਓ ਚਵੈ ਬਬੀਹਾ ਬੋਲੇ ਭੋਅੰਗਮ ਫਿਰ ਹੈ ਡਸੰਤੇ ਮੱਛਰ ਡਾਂਗ ਸਾਇਰ ਸਰ ਸੁਬਰ ਬੇਨ ਹਰ ਕਿਉ ਸੁਖ ਪਾਈਐ ਨਾਨਕ ਪੂਛ ਚਲੋ ਗੁਰ ਆਪਣੇ ਜਹ ਪ੍ਰਭ ਤਹਿ ਹੀ ਜਾਈਐ ਅਸੋ ਨ ਆਉ ਪਿਰਾ ਸਾ ਧਨ ਝੂਰ ਮੋਈ ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਏ ਖੋਈ ਝੂਠ ਵਿਗੁੱਤੀ ਤਾ ਪਿਰ ਮੁੱਤੀ ਕੁੱਕ ਹੈ ਕਾਹ ਸੇ ਫੁੱਲੇ ਆਗੈ ਘਾਮ ਪਿੱਛੈ ਰੁੱਤ ਜਾਡਾ ਦੇਖ ਚਲਤ ਮਨ ਡੋਲੇ ਅਸੋ ਨ ਆਉ ਪਿਰਾ ਸਾ ਧਨ ਝੂਰ ਮੋਈ ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਏ ਖੋਈ ਝੂਠ ਵਿਗੁੱਤੀ ਤਾ ਪਿਰ ਮੁੱਤੀ ਕੁੱਕ ਹੈ ਕਾਹ ਸੇ ਫੁੱਲੇ ਆਗੈ ਘਾਮ ਪਿੱਛੈ ਰੁੱਤ ਜਾਡਾ ਦੇਖ ਚਲਤ ਮਨ ਡੋਲੇ ਦਹਿ ਦਿਸ ਸਾਖ ਹਰੀ ਹਰੀਆਵਲ ਸਹਿਜ ਪੱਕੈ ਸੋ ਮੀਠਾ ਨਾਨਕ ਅਸੋ ਨ ਮਿਲਹੋ ਪਿਆਰੇ ਸਤਿਗੁਰ ਭਏ ਬਸੀਠਾ ਕੱਤਕ ਕਿਰਤ ਪਇਆ ਜੋ ਪ੍ਰਭ ਭਾਇਆ ਦੀਪਕ ਸਹਿਜ ਬਲੈ ਤਤ ਜਲਾਇਆ ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਉਹ ਮਾਂ ਹੈ ਸਰਸੀ ਅਵਗਣ ਮਾਰੀ ਮਰੈ ਨਾ ਸੀਜੈ ਗੁਣ ਮਾਰੀ ਤਾ ਮਰਸੀ ਨਾਮ ਭਗਤ ਦੇ ਨਿਜ ਘਰ ਬੈਠੇ ਅਜਹੋ ਤੇ ਨਾੜੀ ਆਸਾ ਨਾਨਕ ਮਿਲਹੋ ਕਪਟ ਦਰ ਖੋਲਹੋ ਏਕ ਘੜੀ ਖਾਟ ਮਾਸਾ ਮੰਗਰ ਮਾਹੋ ਭਲਾ ਹਰ ਗੁਣ ਅੰਕ ਸਮਾਵੈ ਗੁਣਵੰਤੀ ਗੁਣ ਰਵੈ ਮੈਂ ਪਿਰ ਨਿਹਚਲ ਭਾਵੈ ਨਿਹਚਲ ਚਤੁਰ ਸੁਜਾਨ ਵਿਧਾਤਾ ਚੰਚਲ ਜਗਤ ਸਬਾਇਆ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭ ਭਾਣੇ ਤਾ ਭਾਇਆ ਗੀਤ ਨਾਦ ਕਵਤ ਕਵੇ ਸੁਣ ਰਾਮ ਨਾਮ ਦੁਖ ਭਾਗੈ ਨਾਨਕ ਸਾ ਧਨ ਨਾਹ ਪਿਆਰੀ ਅਬ ਭਗਤੀ ਪਿਰ ਆਗੈ ਪੋਖ ਤੁਖਾਰ ਪੜੈ ਵਾਣ ਤ੍ਰਿਣ ਰਸ ਸੋਖੈ ਆਵਤ ਕੀ ਨਾਹੀ ਮਾਨ ਤਨ ਵਸਹਿ ਮੁਖੇ ਮਾਨ ਤਨ ਰਵ ਰਹਿਆ ਜਗ ਜੀਵਨ ਗੁਰ ਸਬਦੀ ਰੰਗ ਮਾਣੀ ਅੰਡਜ ਜੇਰਜ ਸੇ ਤਜ ਉਤ ਭੁਜ ਘਟ ਘਟ ਜੋਤ ਸਮਾਣੀ ਦਰਸਨ ਦੇਹੋ ਦਇਆ ਪਤ ਦਾਤੇ ਗਤ ਪਾਵੋ ਮਤ ਦੇਹੋ ਨਾਨਕ ਰੰਗ ਰਵੈ ਰਸ ਰਸੀਆ ਹਰ ਸਿਓ ਪ੍ਰੀਤ ਸਨੇਹੋ ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਗੁਣ ਕਹਿ ਅੰਕ ਸਮਾਨਿਆ ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵਾ ਸਰ ਨਾਵਾ ਗੰਗ ਜਮੁਨ ਤਹਿ ਬੇਣੀ ਸੰਗਮ ਸਾਤ ਸਮੁੰਦ ਸਮਾਵਾ ਪੁੰਨ ਦਾਨ ਪੂਜਾ ਪਰਮੇਸੁਰ ਜੁਗ ਜੁਗ ਏਕੋ ਜਾਤਾ ਨਾਨਕ ਮਾਘ ਮਹਾਰਸ ਹਰ ਜਪ ਅੱਠ ਸੱਠ ਤੀਰਥ ਨਾਤਾ ਫਲ ਗੁਣ ਮਨ ਰਹਿਸੀ ਪ੍ਰੇਮ ਸੁਭਾਇਆ ਅਨਦਿਨ ਰਹਿਸ ਭਇਆ ਆਪ ਗਵਾਇਆ
ਮਨ ਮੋਹ ਚੁਕਾਇਆ ਜਾ ਤਿਸ ਪਾਇਆ, ਕਰ ਕਿਰਪਾ ਕਰ ਆਓ। ਬਹੁਤੇ ਵੇਸ ਕਰੀ ਪਿਰ ਬਾਜਹ, ਮਹਿਲੀ ਲਹਾ ਨਾ ਥਾਓ। ਹਾਰ ਡੋਰ ਰਸ ਪਾਟ ਪਟੰਬਰ, ਪਿਰ ਲੋੜੀ ਸੀ ਗਾਰੀ। ਨਾਨਕ ਮੇਲ ਲਈ ਗੁਰ ਆਪਣੈ, ਘਰ ਵਰ ਪਾਇਆ ਨਾਰੀ। ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ, ਘੜੀ ਮੂਰਤ ਪਲ ਸਾਚੇ। ਬੇ ਦਸ ਮਾਹ ਰੁਤੀ, ਰੁਤੀ 'ਤੇ ਵਿਸਰਾਮ ਲਾ ਕੇ ਚੱਲਣਾ। ਬੇ ਦਸ ਮਾਹ ਰੁਤੀ, ਚਾਲ ਵਾਸਤੇ ਰੁਤੀ 'ਤੇ ਵਿਸਰਾਮ ਲੱਗੇਗਾ। ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ, ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ, ਘੜੀ ਮੂਰਤ ਪਲ ਸਾਚੇ। ਆਏ ਸਹਿਜ ਮਿਲੇ ਪ੍ਰਭ ਮਿਲੇ ਪਿਆਰੇ, ਕਾਰਜ ਸਾਰੇ ਕਰਤਾ ਸਭ ਬਿਧ ਜਾਣੈ, ਜਿਨ ਸੀ ਗਾਰੀ ਤਿਸ ਹੈ ਪਿਆਰੀ। ਸਤਸੰਗਤ ਜੀ, ਇਹ ਜੋ ਵਿਸਰਾਮ ਹੈ ਇਹਦੇ 'ਤੇ ਸ਼ੰਕਾ ਨਹੀਂ ਕਰਨਾ। ਬੇਦਸ ਮਹਾਂ ਰੁਤੀ ਥਿਤੀ ਵਾਰ ਭਲੇ, ਕਈ ਗੁਰਮੁਖਾਂ ਨੇ ਮਾਂ ਉੱਤੇ ਵੀ ਪਾਠ ਵਿਸਰਾਮ ਮੰਨਿਆ ਹੋਇਆ, ਪਰ ਪਾਠ ਦੀ ਚਾਲ ਵਾਸਤੇ ਰੁਤੀ 'ਤੇ ਹੀ ਸ਼ੁੱਧ ਲੱਗਦਾ ਹੈ। ਵੈਸੇ ਅਰਥਾਂ ਵਾਸਤੇ ਇਹਦੇ 'ਚ ਵਿਸਰਾਮ ਦੀ ਆਵਸ਼ਕਤਾ ਘੱਟ ਹੈ, ਕਿਉਂਕਿ ਗੁਰੂ ਸਾਹਿਬ ਜੀ ਨੇ ਮਹੀਨੇ ਰੁਤੀ ਥਿਤੀ ਵਾਰ ਇਹਨਾਂ ਦਾ ਜ਼ਿਕਰ ਕੀਤਾ ਹੈ ਸੰਯੁਕਤ ਰੂਪ ਵਿੱਚ। ਇਸ ਕਰਕੇ ਰੁਤੀ 'ਤੇ ਹੀ ਵਿਸਰਾਮ ਉਚਾਰਨ 'ਚ ਲੱਗਦਾ ਹੈ। ਕਈ ਗੁਰਮੁਖ ਮਹਾਂ ਉੱਤੇ ਵੀ ਪਾਠ ਦਾ ਵਿਸਰਾਮ ਲਾਉਂਦੇ ਹਨ। ਹਾਂਜੀ, ਪ੍ਰਭ ਮਿਲੇ ਪਿਆਰੇ, ਕਾਰਜ ਸਾਰੇ ਕਰਤਾ ਸਭ ਬਿਧ ਜਾਣੈ, ਜਿਨ ਸੀਗਾਰੀ ਤਿਸ ਹੈ ਪਿਆਰੀ। ਮੇਲ ਭਇਆ ਰੰਗ ਮਾਣੈ, ਘਰ ਸੇਜ ਸੁਹਾਵੀ ਜਾ ਪਿਰ ਰਾਵੀ। ਗੁਰਮੁਖ ਮਸਤਕ ਭਾਗੋ, ਨਾਨਕ ਇਹ ਨਿਸਰਾਵੈ ਪ੍ਰੀਤਮ, ਹਰ ਵਾਰ ਥਿਰ ਸੁਹਾਗੋ। ਤੁਖਾਰੀ ਮਹੱਲਾ ਪਹਿਲਾ, ਪਹਿਲੈ ਪਹਿਰੈ ਨੈਣ ਸਲੋਨੜੀਏ, ਪਿਰ ਰੈਣ ਪਹਿਲੈ ਪਹਿਰੈ ਨੈਣ ਸਲੋਨੜੀਏ, ਰੈਣ ਅੰਧਿਆਰੀ ਰਾਮ। ਵੱਖਰ ਰਾਖ ਮੋਈਏ ਆਵੈ ਵਾਰੀ ਰਾਮ, ਵਾਰੀ ਆਵੈ ਕਵਣ ਜਗਾਵੈ, ਸੂਤੀ ਜਾਮ ਰਸ ਚੂਸੈ, ਰੈਣ ਅੰਧੇਰੀ ਕਿਆ ਪਤ ਤੇਰੀ, ਚੋਰ ਪੜੈ ਘਰ ਮੂਸੈ। ਰਾਖਣ ਹਾਰਾ ਅਗਮ ਅਪਾਰਾ, ਸੁਣ ਬੇਨੰਤੀ ਮੇਰੀਆ, ਨਾਨਕ ਮੂਰਖ ਕਬਹਿ ਨਾ ਚੇਤੈ, ਕਿਆ ਸੂਜੈ ਰੈਣ ਅੰਧੇਰੀਆ। ਜਿਵੇਂ ਇਹ ਪਾਠ ਪੰਗਤੀ ਦਾ ਗੁਰਮੁਖਾਂ ਨੇ ਕੀਤਾ ਹੈ, ਇਵੇਂ ਹੀ ਨਾਨਕ 'ਤੇ ਰੁਕ ਕੇ, ਨਾਨਕ ਮੂਰਖ ਕਬਹਿ ਨਾ ਚੇਤੈ, ਇਸੇ ਤਰ੍ਹਾਂ ਪਾਠ ਕਰਨਾ ਜੀ। ਦੂਜਾ ਪਹਿਰ ਭਇਆ ਜਾਗ ਅਚੇਤੀ ਰਾਮ, ਵੱਖਰ ਰਾਖ ਮੋਈਏ ਖਾਜੈ ਖੇਤੀ ਰਾਮ। ਰਾਖ ਹੋ ਖੇਤੀ ਹਰ ਗੁਰ ਹੇਤੀ, ਜਾਗਤ ਚੋਰ ਨਾ ਲਾਗੈ, ਜਮ ਮਗ ਨਾ ਜਾਵਹੋ ਨਾ ਦੁਖ ਪਾਵਹੋ, ਜਮ ਕਾ ਡਰ ਭਉ ਭਾਗੈ। ਰਵ ਸਸ ਦੀਪਕ ਗੁਰਮਤ ਦੁਆਰੈ, ਮਨ ਸਾਚਾ ਮੁਖ ਧਿਆਵੈ, ਨਾਨਕ ਮੂਰਖ ਅਜਹੋ ਨਾ ਚੇਤੈ, ਕਿਵ ਦੂਜੈ ਸੁਖ ਪਾਵੈ। ਤੀਜਾ ਪਹਿਰ ਭਇਆ ਨੀਂਦ ਵਿਆਪੀ ਰਾਮ, ਮਾਇਆ ਸੁਤ ਦਾਰਾ ਦੁਖ ਸੰਤਾਪੀ ਰਾਮ। ਮਾਇਆ ਸੁਤ ਦਾਰਾ ਜਗਤ ਪਿਆਰਾ, ਚੋਰ ਚੁਗੈ ਨਿਤ ਫਾਸੈ, ਨਾਮ ਧਿਆਵੈ ਤਾਂ ਸੁਖ ਪਾਵੈ, ਗੁਰਮਤ ਕਾਲ ਨਾ ਗ੍ਰਾਸੈ। ਜੰਮਣ ਮਰਨ ਕਾਲ ਨਹੀਂ ਛੋਡੈ, ਵੇਣ ਨਾਵੈ ਸੰਤਾਪੀ, ਨਾਨਕ ਤੀਜੈ ਤ੍ਰਿਬਿਧ ਲੋਕਾ, ਨਾਨਕ ਤੀਜੈ ਤ੍ਰਿਬਿਧ ਲੋਕਾ, ਮਾਇਆ ਮੋਹੇ ਵਿਆਪੀ। ਚੌਥਾ ਪਹਿਰ ਭਇਆ ਦੌਤ ਬਿਹਾਗੈ ਰਾਮ, ਤਿੰਨ ਘਰ ਰਾਖਿਆੜਾ ਜੋ ਅਨਦਿਨ ਜਾਗੈ ਰਾਮ।
ਗੁਰ ਪੂਛ ਜਾਗੇ ਨਾਮ ਲਾਗੇ, ਤਿਨਾ ਰਹਿਣ ਸੁਹੇਲੀਆ। ਗੁਰ ਸ਼ਬਦ ਕਮਾਵ ਹੈ ਜਨਮ ਨਾ ਆਵਹਿ, ਤਿਨਾ ਹਰ ਪ੍ਰਭ ਬੇਲੀਆ। ਕਰ ਕੰਪ ਚਰਨ ਸਰੀਰ ਕੰਪੈ, ਨੈਣ ਅੰਦੁਲੇ ਤਨ ਭਸਮ ਸੇ। ਨਾਨਕ ਦੁਖੀਆ ਜੁਗ ਚਾਰੇ, ਬਿਨ ਨਾਮ ਹਰ ਕੇ ਮਨ ਵਸੇ। ਕਰ ਕੰਪ ਚਰਨ ਸਰੀਰ ਕੰਪੈ, ਨੈਣ ਅੰਦੁਲੇ ਤਨ ਭਸਮ ਸੇ। ਜਿਵੇਂ ਇਹ ਵਿਸਰਾਮ ਅਤੇ ਜਮਕਾਂ ਲਗਾ ਕੇ ਪਾਠ ਆਪ ਜੀ ਨੇ ਸੁਣਿਆ, ਇਹ ਨਿਸ਼ਚਾ ਰੱਖਣਾ, ਚੇਤੇ ਰੱਖਣਾ। ਨਾਨਕ ਦੁਖੀਆ ਜੁਗ ਚਾਰੇ, ਨਾਨਕ ਅਤੇ ਦੁਖੀਆ ਨੂੰ ਇਕੱਠਿਆਂ ਨਹੀਂ ਬੋਲਣਾ। ਨਾਨਕ ਅਤੇ ਰੁਕ ਕੇ ਨਾਨਕ ਦੁਖੀਆ ਜੁਗ ਚਾਰੇ, ਬਿਨ ਨਾਮ ਹਰ ਕੇ ਮਨ ਵਸੇ। ਖੂਲੀ ਗੰਠ ਉਠੋ ਲਿਖਿਆ ਆਇਆ ਰਾਮ, ਰਸ ਕਸ ਸੁਖ ਠਾਕੇ ਬੰਦ ਚਲਾਇਆ ਰਾਮ। ਬੰਦ ਚਲਾਇਆ ਜਾ ਪ੍ਰਭ ਪਾਇਆ, ਨਾ ਦੀਸੈ ਨਾ ਸੁਣੀਐ, ਆਪਣ ਵਾਰੀ ਸਭ ਸੈ ਆਵੈ, ਪੱਕੀ ਖੇਤੀ ਲੁਣੀਐ। ਘੜੀ ਚਸੇ ਕਾ ਲੇਖਾ ਲੀਜੈ, ਬੁਰਾ ਭਲਾ ਸਹੁ ਜੀਐ ਜੀਆ। ਘੜੀ ਚਸੇ ਕਾ ਲੇਖਾ ਲੀਜੈ, ਬੁਰਾ ਭਲਾ ਸਹੁ ਜੀਆ। ਨਾਨਕ ਸੁਰ ਨਰ ਸ਼ਬਦ ਮਿਲਾਏ, ਤੇਨ ਪ੍ਰਭ ਕਾਰਨ ਕੀਆ। ਖੁੱਲੀ ਗੰਠ ਉਠੋ, ਗੰਠ 'ਤੇ ਥੋੜ੍ਹੀ ਜਿਹੀ ਠਮਕ ਲਾ ਕੇ ਅੱਗੇ ਉਠੋ। ਖੁੱਲੀ ਗੰਠ ਉਠੋ, ਜਦੋਂ ਪ੍ਰਾਣਾਂ ਦੀ ਗੰਢ ਖੁੱਲ੍ਹ ਗਈ ਭਾਵ ਪ੍ਰਾਣ ਨਾਸ ਹੋ ਗਏ ਤਾਂ ਉਠੋ, ਉੱਠ ਚੱਲਦਾ ਹੈ ਜੀਵ ਸੰਸਾਰ ਤੋਂ। ਹਾਂਜੀ। ਤੁਖਾਰੀ ਮਹੱਲਾ ਪਹਿਲਾ, ਤਾਰਾ ਚੜਿਆ ਲੰਮਾ, ਕਿਉਂ ਨਦਰ ਨਿਹਾਲਿਆ ਰਾਮ। ਸੇਵਕ ਪੂਰ ਕਰਮਾ, ਸਤਿਗੁਰ ਸ਼ਬਦ ਦਿਖਾ ਲਿਆ ਰਾਮ। ਗੁਰ ਸ਼ਬਦ ਦਿਖਾ ਲਿਆ ਸੱਚ ਸੰਭਾਲਿਆ, ਇਹ ਨਿਸ ਦੇਖ ਵਿਚਾਰਿਆ। ਧਾਵਤ ਪੰਚ ਰਹੇ ਘਰ ਜਾਣਿਆ, ਕਾਮ ਕ੍ਰੋਧ ਬਿਖ ਮਾਰਿਆ। ਅੰਤਰ ਜੋਤ ਭਈ ਗੁਰ ਸਾਖੀ, ਚੀਨੇ ਰਾਮ ਕਰਮਾ। ਨਾਨਕ ਹਉ ਮੈਂ ਮਾਰ ਪਤੀਣੇ, ਤਾਰਾ ਚੜਿਆ ਲੰਮਾ। ਗੁਰਮੁਖ ਜਾਗ ਰਹੇ ਚੂਕੀ ਅਭਿਮਾਨੀ ਰਾਮ, ਅਨਦਿਨ ਭੋਰ ਭਇਆ ਸਾਚ ਸਮਾਨੀ ਰਾਮ। ਸਾਚ ਸਮਾਨੀ ਗੁਰਮੁਖ ਮਨ ਭਾਨੀ, ਗੁਰਮੁਖ ਸਾਬਤ ਜਾਗੇ ਸਾਚ ਨਾਮ ਅੰਮ੍ਰਿਤ ਗੁਰ ਦੀਆ। ਹਰ ਚਰਨੀ ਲਿਵ ਲਾਗੇ ਪ੍ਰਗਟੀ ਜੋਤ, ਜੋਤ ਮਹਿ ਜਾਤਾ ਮਨਮੁਖ ਭਰਮ ਭੁਲਾਣੀ। ਨਾਨਕ ਭੋਰ ਭਇਆ ਮਨ ਮਾਨਿਆ, ਜਾਗਤ ਰਹਿਣ ਵਿਹਾਣੀ। ਔਗੁਣ ਵਿਸਰਿਆ ਗੁਣੀ ਘਰ ਕੀਆ ਰਾਮ, ਏਕੋ ਰਵ ਰਹਿਆ ਅਵਰ ਨਾ ਬੀਆ ਰਾਮ। ਰਵ ਰਹਿਆ ਸੋਈ ਅਵਰ ਨਾ ਕੋਈ, ਮਨ ਹੀ ਤੇ ਮਨ ਮਾਨਿਆ। ਜਿਨ ਜਾਲ ਥਲ ਤ੍ਰੇ ਭਵਨ ਘਟ ਘਟ ਥਾਪਿਆ, ਸੋ ਪ੍ਰਭ ਗੁਰਮੁਖ ਜਾਣਿਆ। ਕਰਨ ਕਾਰਨ ਸਮਰੱਥ ਅਪਾਰਾ, ਤ੍ਰਿਬਿਦ ਮੇਟ ਸਮਾਈ। ਨਾਨਕ ਅਵਗਣ ਗੁਣ ਹੈ ਸਮਾਣੇ, ਐਸੀ ਗੁਰਮਤ ਪਾਈ। ਆਵਣ ਜਾਣ ਰਹੇ ਚੂਕਾ ਭੋਲਾ ਰਾਮ, ਹਉ ਮੈਂ ਮਾਰ ਮਿਲੇ ਸਾਚਾ ਚੋਲਾ ਰਾਮ। ਹਉ ਮੈਂ ਗੁਰ ਹੋਈ ਪ੍ਰਗਟ ਹੋਈ, ਚੂਕੇ ਸੋਗ ਸੰਤਾਪੈ ਜੋਤੀ ਅੰਦਰ ਜੋਤ ਸਮਾਣੀ। ਆਪ ਪਛਾਤਾ ਆਪੈ ਪੇਅੜੈ ਘਰ ਸ਼ਬਦ ਪਤੀਣੀ, ਸਾਹਰੁੜੈ ਪੇਰ ਭਾਣੀ। ਨਾਨਕ ਸਤਿਗੁਰ ਮੇਲ ਮਿਲਾਈ, ਚੂਕੀ ਕਾਣ ਲੋਕਾਣੀ। ਤੁਖਾਰੀ ਮਹੱਲਾ ਪਹਿਲਾ, ਭੁਲਾਵੜੈ ਭੁੱਲੀ ਭੁੱਲ ਭੁੱਲ ਪੱਛੋ ਤਾਣੀ, ਪਿਰ ਛੋੜੇ ਅੜੀ ਸੁੱਤੀ ਪਿਰ ਕੀ ਸਾਰ ਨਾ ਜਾਣੀ। ਪਿਰ ਛੋੜ ਸੁੱਤੀ ਅਵਗਣ ਮੁੱਤੀ, ਸੁੱਤੀ ਪਿਰ ਛੋੜ ਸੁੱਤੀ, ਛੋਡੀ ਪਿਰ ਛੋਡੀ ਸੁੱਤੀ ਅਵਗਣ ਮੁੱਤੀ।
ਤਿਸ ਧਨ ਵਿਧਣ ਰਾਤੇ ਕਾਮ ਕ੍ਰੋਧ ਅਹੰਕਾਰ ਵਿਗੁੱਤੇ ਹਉ ਮੈਂ ਲੱਗੀ ਤਾਤੇ ਉੱਡਰ ਹੰਸ ਚੱਲਿਆ ਫੁਰਮਾਇਆ ਭਸਮੈ ਭਸਮ ਸਮਾਣੀ ਨਾਨਕ ਸੱਚੇ ਨਾਮ ਵਿਹੂਣੀ ਭੁੱਲ ਭਲ ਭੁੱਲ ਭੁੱਲ ਪਛੋਤਾਣੀ ਸੁਣ ਨਾਹ ਪਿਆਰੇ ਇੱਕ ਬੇਨੰਤੀ ਮੇਰੀ ਤੂੰ ਨਿਜ ਘਰ ਵਸਿਆੜਾ ਹਉ ਰੁੱਲ ਭਸਮੈ ਢੇਰੀ ਬਿਨ ਆਪਣੇ ਨਾ ਹੈ ਕੋਈ ਨਾ ਚਾਹੈ ਕਿਆ ਕਹੀਐ ਕਿਆ ਕੀਜੈ ਅੰਮ੍ਰਿਤ ਨਾਮ ਰਸਨ ਰਸ ਰਸਨਾ ਗੁਰ ਸਬਦੀ ਰਸ ਪੀਜੈ ਵੇਣ ਨਾਵੈ ਕੋ ਸੰਗ ਨਾ ਸਾਥੀ ਆਵੈ ਜਾਏ ਕਨੇਰੀ ਨਾਨਕ ਲਾਹਾ ਲੈ ਘਰ ਜਾਈਐ ਸਾਚੀ ਸੱਚ ਮਤ ਤੇਰੀ ਸਾਜਨ ਦੇਸ ਵਿਦੇਸੀ ਅੜੇ ਸਾ ਨੇਹੜੇ ਦੇਂਦੀ ਸਾਰ ਸੰਭਾਲੇ ਤਿੰਨ ਸੱਜਣਾ ਮੁੰਦ ਨੈਣ ਭਰੇਦੀ ਮੁੰਦ ਨੈਣ ਭਰੇਂਦੀ ਗੁਣ ਸਾਰੇ ਦੀ ਕਿਉਂ ਪ੍ਰਭ ਮਿਲਾ ਪਿਆਰੇ ਮਾਰਗ ਪੰਥ ਨਾ ਜਾਣੋ ਵਿਖੜਾ ਕਿਉਂ ਪਾਈਐ ਪਿਰ ਪਾਰੇ ਸਤਿਗੁਰ ਸਬਦੀ ਮਿਲੈ ਵਿਛੁੰਨੀ ਤਨ ਮਨ ਆਗੈ ਰਾਖੈ ਨਾਨਕ ਅੰਮ੍ਰਿਤ ਬਿਰਖ ਮਹਾਰਸ ਫਲਿਆ ਮਿਲ ਪ੍ਰੀਤਮ ਰਸ ਚਾਖੈ ਮਹਿਲ ਬੁਲਾਇੜੀਏ ਬਿਲਮ ਨਾ ਕੀਜੈ ਬੁਲਾਇੜੀਏ ਐੜੇ ਦੀ ਆਵਾਜ਼ ਇਸ ਦੇ ਵਿੱਚ ਨਾ ਆਵੇ ਬੁਲਾਇੜੀਏ ਮਹਿਲ ਬੁਲਾਇੜੀਏ ਮਹਿਲ ਬੁਲਾਇੜੀਏ ਬਿਲਮ ਨਾ ਕੀਜੈ ਅਨ ਦਿਨ ਰਤੜੀਏ ਸਹਿਜ ਮਿਲੀਜੈ ਸੁਖ ਸਹਿਜ ਮਿਲੀਜੈ ਰੋਸ ਨਾ ਕੀਜੈ ਗਰਭ ਨਿਵਾਰ ਸਮਾਣੀ ਸਾਚਾ ਰਾਤੀ ਮਿਲੈ ਮਿਲਾਈ ਮਨਮੁਖ ਆਵਣ ਜਾਣੀ ਜਬ ਨਾਚੀ ਤਬ ਘੂਗਟ ਕੈਸਾ ਠੀਕ ਹੈ ਜਬ ਨਾਚੀ ਤਬ ਘੂਗਟ ਕੈਸਾ ਜਬ ਨਾਚੀ ਤਬ ਘੂਗਟ ਕੈਸਾ ਮਟਕੀ ਫੋੜ ਨਿਰਾਰੀ ਨਾਨਕ ਆਪੈ ਆਪ ਪਛਾਣੈ ਗੁਰਮੁਖ ਤਤ ਵਿਚਾਰੀ ਤੁਖਾਰੀ ਮਹੱਲਾ ਪਹਿਲਾ ਮੇਰੇ ਲਾਲ ਰੰਗੀਲੇ ਹਾਮ ਲਾਲਨ ਕੇ ਲਾਲੇ ਗੁਰ ਅਲਖ ਲਖਾਇਆ ਅਵਰ ਨਾ ਦੂਜਾ ਭਾਲੇ ਗੁਰ ਅਲਖ ਲਖਾਇਆ ਜਾ ਤਿਸ ਪਾਇਆ ਜਾ ਪ੍ਰਭ ਕਿਰਪਾ ਧਾਰੀ ਜਗ ਜੀਵਨ ਦਾਤਾ ਪੁਰਖ ਬਿਧਾਤਾ ਸਹਿਜ ਮਿਲੇ ਬਨਵਾਰੀ ਨਦਰ ਕਰ ਹੈ ਤੂੰ ਤਾਰ ਹੈ ਤਰੀਐ ਸੱਚ ਦੇਵ ਹੋ ਦੀਨ ਦਿਆਲਾ ਪ੍ਰਣਵਤ ਨਾਨਕ ਦਾਸਨ ਦਾਸਾ ਤੂੰ ਸਰਬ ਜੀਆ ਪ੍ਰਤਪਾਲਾ ਭਰਪੁਰ ਧਾਰ ਰਹੇ ਆਤ ਪਿਆਰੇ ਸਬਦੇ ਰਵ ਰਹਿਆ ਗੁਰ ਰੂਪ ਮੁਰਾਰੇ ਗੁਰ ਰੂਪ ਮੁਰਾਰੇ ਤ੍ਰਿਭਵਨ ਧਾਰੇ ਤਾ ਕਾ ਅੰਤ ਨਾ ਪਾਇਆ ਰੰਗੀ ਜਿਨਸੀ ਜੰਤ ਉਪਾਏ ਨਿਤ ਦੇਵੈ ਚੜੈ ਸਵਾਇਆ ਅਪਰੰਪਰ ਆਪੇ ਥਾਪ ਉਥਾਪੇ ਤਿਸ ਭਾਵੈ ਸੋ ਹੋਵੈ ਨਾਨਕ ਹੀਰਾ ਹੀਰੈ ਬੇਦਿਆ ਗੁਣ ਕਹਿ ਹਾਰ ਪਰੋਵੈ ਗੁਣ ਗੁਣ ਹੈ ਸਮਾਣੇ ਮਸਤਕ ਨਾਮ ਨੀਸਾਣੋ ਸੱਚ ਸਾਚ ਸਮਾਇਆ ਚੂਕਾ ਆਵਣ ਜਾਣੋ ਸੱਚ ਸਾਚ ਪਛਾਤਾ ਸੱਚ ਰਾਤਾ ਸਾਚ ਮਿਲੈ ਮਨ ਭਾਵੈ ਸਾਚੇ ਉਪਰ ਅਵਰ ਨਾ ਦੀਸੈ ਸਾਚੇ ਸਾਚ ਸਮਾਵੈ ਮੋਹਨ ਮੋਹਿ ਲੀਆ ਮਨ ਮੇਰਾ ਬੰਧਨ ਖੋਲ ਨਿਰਾਰੇ ਨਾਨਕ ਜੋਤੀ ਜੋਤ ਸਮਾਣੀ ਜਾ ਮਿਲਿਆ ਆਤ ਪਿਆਰੇ ਸੱਚ ਘਰ ਖੋਜ ਲਹੇ ਸਾਚਾ ਗੁਰ ਥਾਨੋ ਮਨਮੁਖ ਨਹਿ ਪਾਈਐ ਗੁਰਮੁਖ ਗਿਆਨੋ ਦੇਵੈ ਸੱਚ ਦਾਨੋ ਸੋ ਪਰਵਾਨੋ ਸਾਧ ਦਾਤਾ ਵੱਡ ਦਾਣਾ ਅਮਰ ਅਜੋਨੀ ਅਸਥਿਰ ਜਾਪੈ ਸਾਚਾ ਮਹਿਲ ਚਿਰਾਣਾ ਦੋਤ ਉਚਾਪਤ ਲੇਖ ਨਾ ਲਿਖੀਐ ਪ੍ਰਗਟੀ ਜੋਤ ਮੁਰਾਰੀ ਨਾਨਕ ਸਾਚਾ ਸਾਚਾ ਰਾਚਾ
ਗੁਰਮੁਖ ਤਰੀਐ ਤਾਰੀ। ਦੋਤ ਉਚਾਪਤ ਲੇਖ ਨਾ ਲਿਖੀਐ, ਉਚਾਪਤ ਪਾਠ ਇਕੱਠਾ ਕਰਨਾ, ਇਸ ਨੂੰ ਅੱਡ ਅੱਡ ਨਹੀਂ ਕਰਨਾ ਜੀ।